ਮੌਨਸੂਨ ਜਦੋਂ ਕਣੀਆਂ ਪਈਆਂ, ਵਾਛਣਾ ਪਈਆਂ ਤੇ ਬੜੀ ਰਾਹਤ ਮਿਲੀ, ਠੰਡਕ ਮਿਲੀ, ਸਾਰੇ ਸੌਖੇ ਹੋ ਗਏ ਇੱਕ ਵਾਰੀ ਜੀ ਜੀ। ਪਰ ਹੁਣ ਮੌਨਸੂਨ ਗੁੱਸੇ ਹੋ ਗਿਆ, ਮੈਨੂੰ ਲੱਗਦਾ ਪਹਿਲਾਂ ਗਰਮੀ ਕਰਕੇ ਆਪਾਂ ਗਾਲਾਂ ਕੱਢਦੇ ਰਹੇ, ਹੁਣ ਉਹ ਥੋੜ੍ਹਾ ਜਿਹਾ ਗੁੱਸੇ 'ਚ ਹੈ। ਸ਼ਿਮਲੇ 'ਚ ਲਾ ਲਓ, ਦਿੱਲੀ 'ਚ ਲਾ ਲਓ, ਦਿੱਲੀ ਦੇ ਵਿੱਚ ਤਾਂ ਕੱਲ੍ਹ ਕਹਿੰਦੇ ਏਅਰਪੋਰਟ 'ਤੇ ਮੀਂਹ ਕਰਕੇ ਇੱਕ ਟਰਮੀਨਲ 1 ਦੀ ਛੱਤ ਵੀ ਡਿੱਗ ਪਈ, ਕਾਫੀ ਬੰਦੇ ਜ਼ਖਮੀ ਵੀ ਹੋਏ ਆ, ਕਾਫੀ ਮਾਲੀ ਨੁਕਸਾਨ ਵੀ ਹੋ ਗਿਆ। ਜੀ ਜੀ ਜੀ, ਦੇਖੋ ਗੱਲ ਇਹ ਆ ਸੁਖਮ ਸਾਹਿਬ ਕਿ ਇੱਕ ਤਾਂ ਹੁਣ ਜਿਹੜੇ ਪਹਾੜਾਂ 'ਤੇ ਰਹਿੰਦੇ ਪਹਾੜੀਏ, ਉਹਨਾਂ ਨੇ ਤਾਂ ਵਿਚਾਰਿਆਂ ਨੇ ਜਾਣਾ ਕਿੱਧਰੇ ਆ ਜੀ, ਉਹ ਤਾਂ ਉੱਥੇ ਹੀ ਰਹਿਣਗੇ। ਅਤੇ ਜਿਹੜੇ ਘੁੰਮਣ ਫਿਰਨ ਜਾਂਦੇ ਆ ਹੁਣ ਉਹ ਬੰਦ ਕਰ ਦੇਣਾ, ਕਿਉਂਕਿ ਪਿਛਲੀ ਵਾਰ ਵੀ ਹਿਮਾਚਲ 'ਚ ਜੋ ਹੋਇਆ ਸੀਗਾ ਆਪਾਂ ਨੂੰ ਸਭਨਾਂ ਨੂੰ ਪਤਾ ਹੈ ਕਿ ਰਿਸਕ ਨਾ ਲਓ, ਹਿਮਾਚਲ ਅਤੇ ਉੱਤਰਾਖੰਡ 'ਚ ਨਾ ਜਾਓ, ਕਿਉਂਕਿ ਇੱਥੇ ਮੌਨਸੂਨ ਦਾ ਪਤਾ ਹੀ ਕੋਈ ਨਹੀਂ ਕਦੋਂ ਕਹਿਰਵਾਨ ਹੋ ਜਾਵੇ। ਬਿਲਕੁਲ ਬਿਲਕੁਲ ਬਿਲਕੁਲ। ਦੂਜੀ ਚੀਜ਼ ਇਹ ਆ ਕਿ ਸ਼ਿਮਲਾ, ਜਿਵੇਂ ਹੁਣ ਸ਼ਿਮਲੇ ਦਾ ਤੁਸੀਂ ਜ਼ਿਕਰ ਕੀਤਾ ਸ਼ਾਇਦ ਕਿ ਉੱਥੇ ਵੀ ਇਸ ਤਰ੍ਹਾਂ ਦੀ ਘਟਨਾ ਵਾਪਰੀ ਆ, ਗੱਡੀਆਂ ਗੁੱਡੀਆਂ ਦੱਬ ਗਈਆਂ ਨੇ ਉੱਥੇ, ਬਹੁਤ ਜ਼ਿਆਦਾ ਸਲਾਈਡਿੰਗ ਵੀ ਹੋਈ। ਬਿਲਕੁਲ, ਜਦੋਂ ਅੰਨੇ ਵਾਹ ਉੱਥੇ ਭੀੜ ਤੁਰੀ ਜਾਂਦੀ ਆ, ਸ਼ਹਿਰੀਕਰਨ ਵਧੀ ਜਾਂਦਾ ਹੈ, ਕਿਸੇ ਸ਼ਹਿਰ 'ਤੇ ਤੁਸੀਂ ਇੰਨਾ ਲੋਡ ਪਾ ਦਿਓਗੇ ਤਾਂ ਖੀਰ ਸਿੱਟੇ ਹੋਣਗੇ। ਬਿਲਕੁਲ ਬਿਲਕੁਲ। ਕੁਝ ਵਿਪਤਾਵਾਂ ਜਿਹੜੀਆਂ ਹੁੰਦੀਆਂ ਨੇ ਉਹ ਮਨੁੱਖ ਵੱਲੋਂ ਮੇਨ, ਆਪਾਂ ਕਹਿੰਦੇ ਨੇ ਮੈਨ ਮੇਡ ਆ ਵਿਪਤਾ ਜੀ, ਜੀ ਜੀ ਜੀ, ਉਹ ਮਨੁੱਖ ਵੱਲੋਂ ਨਿਰਮਿਤ ਹੁੰਦੀਆਂ ਨੇ। ਬਿਲਕੁਲ ਬਿਲਕੁਲ। ਉਹ ਕੁਝ ਆਪ ਹੀ ਉਹਨੇ ਬਣਾਈਆਂ ਹੁੰਦੀਆਂ, ਸਿਹੇੜੀਆਂ ਹੁੰਦੀਆਂ। ਤਾਂ ਗੱਲ ਇਹ ਆ ਕਿ ਹੁਣ ਕੀ ਕਰੀਏ, ਟਰਮੀਨਲ ਜਿਵੇਂ ਤੁਸੀਂ ਆਖਿਆ ਡਿੱਗ ਪਿਆ, ਦਿੱਲੀ ਤੇ ਆਪ ਡੁੱਬੀ ਪਈ ਹੈ, ਬੁਰਾ ਹਾਲ ਹੋ ਗਿਆ ਦਿੱਲੀ ਵਾਲੇ ਦਾ। ਪਹਿਲਾਂ ਪਾਣੀ ਪਾਣੀ ਕਰੀ ਜਾਂਦੇ ਸੀ, ਹੁਣ ਉਹ ਤਰਾਈ ਤਰਾਈ ਕਰੀ ਜਾਂਦੇ ਆ ਕਿ ਰੋਕੋ ਇਹਨੂੰ, ਹੁਣ ਰੋਕੇ ਕਿਹੜਾ ਜੀ। ਤੇ ਬਾਕੀ ਡਿੱਗਣ ਡਗਾਉਣ ਦਾ ਦੇਖੋ, ਰਾਮ ਮੰਦਿਰ ਦੀ ਛੱਤ ਚੋ ਗਈ ਆ, ਉੱਥੇ ਅਯੁੱਧਿਆ ਦੇ ਵਿੱਚ ਰੇਲਵੇ ਸਟੇਸ਼ਨ ਦੀ ਦੀਵਾਰ ਡਿੱਗ ਪਈ ਆ, ਬਿਹਾਰ 'ਚ ਪੌੜੀ ਡਿੱਗੀ ਜਾਂਦੇ ਆ ਜੀ। ਤੇ ਕਮਾਲ ਦੀ ਗੱਲ ਆ ਕਿ ਉਹ ਨੇਤਾ ਜਿਹੜਾ ਉਹ ਜਾ ਕੇ ਤੇ ਉੱਥੇ ਦੂਜੇ ਸੂਬੇ ਦੇ ਵਿੱਚ ਉੱਥੇ ਮੁੱਖ ਮੰਤਰੀ ਨੂੰ ਕਹਿੰਦਾ ਕਿ ਬਈ ਮੈਨੂੰ ਮੌਕਾ ਦਿਓ, ਕਹਿੰਦਾ ਕਾਹਦਾ ਜੀ? ਉਹ ਕਹਿੰਦਾ ਯਾਰ ਸਾਡਾ ਪੁਲ ਰੁੜ ਕੇ ਆ ਗਿਆ ਤੁਹਾਡੇ ਸੂਬੇ 'ਚ, ਮੈਂ ਉਦਘਾਟਨ ਕਰਨ ਆਇਆ। ਆਹ ਹਾਲ ਬਣਿਆ ਪਿਆ ਇੰਡੀਆ ਦਾ। ਸੋ ਇਸ ਵਾਸਤੇ ਬਈ ਇਹੋ ਹੀ ਆ ਕਿ ਪਹਾੜਾਂ ਪੂੜਾਂ 'ਤੇ ਚੜ੍ਹਨ ਤੋਂ ਪਹਿਲਾਂ ਹੁਣ ਆਪਦਾ ਜਿਹੜਾ ਫੋਰਕਾਸਟ ਆ ਵੈਦਰ ਦਾ ਉਹ ਚੈੱਕ ਕਰੋ, ਪਹਿਲੀ ਗੱਲ ਤੇ ਗੁਰੇਜ਼ ਕਰੋ। ਹੁਣ ਸਮਾਂ ਲੰਘ ਗਿਆ, ਬਿਲਕੁਲ ਮਾਣੋ, ਹੁਣ ਮੌਨਸੂਨ ਆ ਗਿਆ ਤਾਂ। ਹਾਂਜੀ ਹਾਂਜੀ, ਹੁਣ ਇੱਥੇ ਇੱਦਾਂ ਦਾ ਹੀ ਆ ਕਿ ਗਰਮੀ ਆ ਗਈ, ਫਿਰ ਮੀਂਹ ਆ ਗਿਆ, 4 ਦਿਨ ਆਉੜ ਲੱਗ ਗਈ, 4 ਦਿਨ ਦੀ ਫਿਰ ਝੜੀ ਲੱਗ ਗਈ, ਇਸੇ ਤਰ੍ਹਾਂ ਹੀ ਕੰਮ ਚੱਲੂਗਾ। ਸੋ ਮੌਨਸੂਨ ਜਿਹੜਾ ਉੱਤਰ ਭਾਰਤ ਦੇ ਵਿੱਚ ਉਹ ਕਾਫੀ ਜ਼ਿਆਦਾ ਵਰੇਗਾ, ਤਾਂ ਜੇ ਵਰੇਗਾ ਤਾਂ ਨੁਕਸਾਨ ਵੀ ਕਿਤੇ ਕਿਤੇ ਕਰੇਗਾ ਜੀ। ਜੀ ਜੀ ਮਿੰਟੂ ਜੀ, ਅਮਰਦੀਪ ਸਿੰਘ ਨੇ ਕੰਟਰੀਬਿਊਸ਼ਨ ਕੀਤਾ ਜੀ, ਆਪਾਂ ਧੰਨਵਾਦ ਕਰਦੇ ਹਾਂ ਉਹਨਾਂ ਦਾ ਜੀ। ਇੱਕ ਤੁਹਾਡੇ ਲਈ ਕਮੈਂਟ ਹੈ ਕਿ ਧੀਰਜ ਜਾਨੀ ਦਾ, ਉਹ ਕਹਿੰਦੇ ਕਿ 1 ਸਾਲ ਤੋਂ ਤੁਹਾਨੂੰ ਦੇਖ ਰਹੇ ਹਾਂ ਅਤੇ ਮਿੰਟੂ ਭਾਈ ਸਾਹਿਬ ਦੇ ਬਿਗ ਫੈਨ ਆ। ਨਹੀਂ, ਅਗਲੀ ਗੱਲ ਉਹਨਾਂ ਜਿਹੜੀ ਲਿਖੀ, ਯੂ ਆਰ ਸੱਚ ਇੰਸਪੀਰੇਸ਼ਨ ਬੜੇ ਬਾਈ। ਬਹੁਤ ਵਧੀਆ ਗੱਲ ਹੈ। ਕੋਈ ਗੱਲ ਨਹੀਂ ਜੀ, ਆਪਾਂ ਸਾਰੇ ਭਰਾ ਫੈਨ ਫੂਨ ਨਾ ਤੇ, ਮੈਂ ਤਾਂ ਕਹਿੰਦਾ ਉਹਨਾਂ ਕਿ ਨਾ ਬਣੋ ਕਿਸੇ ਦੇ, ਨਾ ਬਣਾਓ ਕਿਸੇ ਨੂੰ, ਭਰਾ ਰਹੋ ਤਾਂ ਬਿਹਤਰ ਆ। ਹਾਂ, ਜਿੱਥੋਂ ਕਿ ਕੁਝ ਯਾਰ ਜਾਣਕਾਰੀ ਮਿਲਦੀ ਆ ਜਾਂ ਕਹਿ ਲਓ ਕਿ ਕੁਝ ਤੁਹਾਨੂੰ ਅੱਛਾ ਲੱਗਦਾ, ਤਾਂ ਉਹ ਅਗਲੇ ਦੇ ਵੀ ਵੱਡੇ ਭਾਗ ਹੁੰਦੇ ਆ, ਅਤੇ ਉਹ ਕਹਿ ਲਓ ਕਿ ਤੁਹਾਡੇ ਵਾਸਤੇ ਵੀ ਫਾਇਦੇਮੰਦ ਆ। ਸੋ ਇਹੀ ਆ ਕਿ ਅਸੀਂ ਵੀ ਗਾਹ ਕਿਸੇ ਤੋਂ ਸਿੱਖੇ ਹਾਂ। ਮੈਂ ਤਾਂ ਤੁਹਾਨੂੰ ਅੱਜ ਆਫ ਕੈਮਰਾ ਵੀ ਦੱਸ ਰਿਹਾ ਸੀਗਾ ਕਿ ਅਸੀਂ ਵੀ ਸਿੱਖਣ ਵਾਸਤੇ ਬੜੀਆਂ ਘਾਲਣਾ ਘਾਲੀਆਂ ਨੇ, ਅਤੇ ਇੱਦਾਂ ਹੀ ਆ, ਲਰਨ ਬੰਦਾ ਹੌਲੀ ਹੌਲੀ ਕਰਦਾ, ਜਿਵੇਂ ਜਿਵੇਂ ਲਰਨ ਕਰੀ ਜਾਂਦਾ ਤਿਵੇਂ ਤਿਵੇਂ ਅਰਨ ਕਰੀ ਜਾਂਦਾ। ਲਰਨ ਅਤੇ ਅਰਨ ਦਾ ਇਹ ਫੰਡਾ ਜਿਹੜਾ ਹਮੇਸ਼ਾ ਨਾਲ ਬੰਨ ਕੇ ਚੱਲੋ ਜੀ। ਜੀ, ਹਰਵਿੰਦਰ ਸਿੰਘ ਕਹਿੰਦੇ ਕਿ ਦਿੱਲੀ ਦੇ VIP ਘਰਾਂ 'ਚ ਵੀ ਪਾਣੀ ਵੜ ਗਿਆ, ਬਹੁਤ ਜ਼ਿਆਦਾ ਬਾਰਿਸ਼ ਜਦੋਂ ਬਾਰਿਸ਼ ਹੀ ਜ਼ਿਆਦਾ ਹੋ ਗਈ, ਬੰਬੇ ਦਾ ਵੇਖੋ ਕਿ ਕੀ ਹਾਲ ਹੋ ਜਾਂਦਾ।
ਅਮੀਰ ਗਰੀਬ ਥੋੜ੍ਹਾ ਵੇਖਦੀ ਹੈ ਕੁਦਰਤ ਸੁਣ ਜੀ। ਹੁਣ ਇਹ ਤਾਂ ਹੈ ਨਹੀਂ ਗਾ ਕਿ ਕਿਸੇ ਅਮੀਰ ਨੇ ਬਈ ਕੋਈ 30-40 ਫੁੱਟ ਉੱਚਾ ਧਰਤੀ ਤੋਂ ਬਣਾਇਆ ਹੋਵੇਗਾ ਮਕਾਨ, ਉਹ ਜਿਹਦਾ ਹੁਣ ਗਰਾਊਂਡ 'ਤੇ ਹੈ ਧਰਤੀ 'ਤੇ ਮਕਾਨ ਹੈ ਜੀ ਜੀ, ਤਾਂ ਬਈ ਜਿੱਥੇ ਜ਼ਿਆਦਾ ਪਾਣੀ ਹੋ ਗਿਆ ਬਿਲਕੁਲ ਬਿਲਕੁਲ ਚਲੇ ਜਾਂਦਾ। ਬਾਕੀ ਐਂ ਵੀ ਤੂਫਾਨਾਂ ਨੂੰ ਕੌਣ ਰੋਕ ਸਕਦਾ, ਹੜ੍ਹਾਂ ਨੂੰ ਕੌਣ ਰੋਕ ਸਕਦਾ, ਫਿਰ ਜਦੋਂ ਆਪਦੇ ਫਲੋ 'ਚ ਹੁੰਦੇ ਆ ਜੀ ਬਿਲਕੁਲ, ਕੁਦਰਤ ਤਾਂ ਕੁਦਰਤ ਹੀ ਹੈ ਨਾ, ਸੋ ਮੌਨਸੂਨ ਦੇ ਵਿੱਚ ਤਾਂ ਜੇ ਫਿਰ ਇਹਨੇ ਆਪਣਾ ਜਲਵਾ ਨਾ ਦਿਖਾਇਆ, ਜ਼ੋਰ ਨਾ ਦਿਖਾਇਆ, ਤਾਂ ਫਿਰ ਕਦੋਂ ਦਿਖਾਉਣਾ ਜੀ।